ਇਹ ਦੇਖੋ ਜੀ ਇਹ ਬਿਲਡਿੰਗ ਕੋਈ ਪਾਰਲੀਮੈਂਟ ਦੀ ਬਿਲਡਿੰਗ ਨਹੀਂ ਇਹ ਕੁਆਟਰ ਜੇ ਮੰਡੀ ਕੁਆਟਰ ਨਹੀਂ ਭਾਈ ਇਕੱਲੇ ਕੁਆਟਰ ਤੁਸੀਂ ਸਮਝੋ ਵੀ ਅਸੈਂਬਲੀ ਹੈ ਨਹੀਂ ਇਹ ਸੈਨਮਾ ਜੇ ਇਹ ਦੇਖੋ ਥੱਲੇ ਸਟੂਲ ਲੱਗੇ ਜੇ ਤਿੰਨ ਸਟੂਲ ਜੇ ਇੱਦਾਂ ਲੱਗ ਰਹੇ ਤਾਂ ਕਬਰਾਂ ਹੁੰਦੀਆਂ ਲੱਕੀ ਪਰੇ ਵੀ ਘੁਮਾ ਪਰੇ ਵੀ ਅੱਜ ਕਬਰਾਂ ਉਹ ਵੀ ਦਿਖਾ ਦੇ ਨਾ ਠੀਕ ਆ ਠੀਕ ਹੈ ਉਹ ਦੇਖੋ ਪਰੇ ਵੀ ਲੱਗਾ ਜੇ ਉਹ ਲੈ ਆਪਣਾ ਆਪ ਲਾਜ਼ਮੀ ਦਿਖਾਉਣਾ ਸ਼ੋਖੀਆਂ ਨਾ ਮਾਰੀ ਜਾਇਆ ਕਰ ਉਹ ਅੰਦਰ ਵੜਿਆ ਹੈ ਜੇ ਇਹ ਦੇਖੋ ਉਹ ਭਾਈ ਦੇਖੋ ਚੋਰੀ ਫਿਲਮ ਵੇਖ ਵੇਖ ਕੇ ਆਫਰਿਆ ਜੇ ਆਏ ਹਾਏ ਇਹ ਤਾਂ ਬੱਚਿਆਂ ਦੀ ਜੰਨਤ ਜੇ ਬੱਚਿਓ ਦੇਖੋ ਜ਼ਰਾ ਕੈਸੀਆਂ ਮੌਜਾਂ ਜੇ ਟਿਕਟਾਂ ਲੈਣੀਆਂ ਜੇ ਅਸੀਂ ਟਿਕਟਾਂ ਚੋਰੀ ਜੇ ਇਲੈਕਸ਼ਨ ਵਾਲੀਆਂ ਨੇ ਸੈਨਮੇ ਵਾਲੀਆਂ ਟਿਕਟਾਂ ਜੇ ਤੁਰ ਜਾ ਓਏ ਤੁਰ ਜਾ ਦੇਖੋ ਇਹ ਸਾਰੀ ਡਿਟੇਲ ਜੇ ਫਿਲਮਾਂ ਦੀਆਂ ਡਿਟੇਲਾਂ ਚੋਰੀ ਉਂਗਲੀ ਕਰਕੇ ਦਿਖਾ ਕਿਹੜੀ ਫਿਲਮ ਵੇਖੀ ਉਹ ਅੱਛਾ ਇਹ ਵਾਲੀ ਹੈ ਐਕਵਾਮੈਨ ਫਿਲਮ ਦੇਖੀ ਹੈ ਉਂਗਲੀ ਥੱਲੇ ਕਰ ਲੋਕ ਗੁੱਸਾ ਕਰਨਗੇ ਆਏ ਉਹ ਚਿਪਸਾਂ ਓਏ ਫੁੱਲੇ ਲਏ ਚੋਰੀ ਕੈਸਾ ਇਹ ਪਤਾ ਨਹੀਂ ਕੀ ਹੈ ਮੈਨੂੰ ਨਹੀਂ ਸੀ ਇਹਦੀ ਸਮਝ ਆਈ ਤੁਹਾਨੂੰ ਸਮਝ ਆਏ ਦੱਸੀਓ ਯਾਰ ਕੀ ਹੈ ਇਹ ਚੋਰੀ ਉਹ ਬਰਫ ਵਾਲਾ ਨਹੀਂ ਫਾਂਟਾ ਉਹ ਜੇ ਹਾਏ ਉਹ ਫੇਰ ਸ਼ੌਕੀਆਂ ਹੀ ਮਾਰੀ ਜਾਂਦਾ ਚੋਰੀ ਆਹ ਦੇਖੋ ਜਿੱਦਾਂ ਪਿੰਡਾਂ 'ਚ ਮਾਈਆਂ ਨੇ ਨਹੀਂ ਸਿਰ ਦੇ ਉੱਤੇ ਚੱਕੇ ਹੁੰਦੇ ਉੱਦਾਂ ਕਾਰਟੂਨਾਂ ਨੇ ਚੱਕੇ ਜੇ ਸਿਰ 'ਤੇ ਇੱਕ ਚਿਪਸ ਲਈ ਜੇ ਹੁਣ ਪੈਸੇ ਵੀ ਤਾਂ ਦੇਣੇ ਨਾ ਮੁਫਤ ਥੋੜ੍ਹੀ ਲੈ ਰਹੇ ਹਾਂ ਅਸੀਂ ਫੇਰ ਸ਼ੌਕੀਆਂ ਮਾਰੀ ਜਾਂਦਾ ਲੋਕਾਂ ਨੂੰ ਦਿਖਾਈ ਜਾਂਦਾ ਹਾਏ ਓਏ ਇਹ ਵੀ ਨਵੀਂ ਫਿਲਮ ਆਈ ਜੇ ਸਾਰੀਆਂ ਫਿਲਮਾਂ ਨਹੀਂ ਦੇਖ ਸਕਦੇ ਮਹਿੰਗਾ ਬੜਾ ਜੇ ਮੈਂ ਕਿਹਾ ਥੋੜ੍ਹਾ ਜਿਹਾ ਨਾ ਕੋਈ ਗੇਮ ਸ਼ੇਮ ਬਾਹਰ ਖੇਲ ਲਈਏ ਕਿਉਂਕਿ ਫਿਲਮ ਨੂੰ ਹਲੇ ਟਾਈਮ ਸੀਗਾ ਅਤੇ ਬੱਚਾ ਤੰਗ ਬਹੁਤ ਕਰਦੇ ਤੁਹਾਨੂੰ ਪਤਾ ਹੋਣਾ ਅਤੇ ਮੈਂ ਕਿਹਾ ਚਲੋ ਗੇਮ ਦੇ ਨਾਲ ਥੋੜ੍ਹਾ ਜਿਹਾ ਖੇਲ ਖੂਲ ਲਈਏ ਅਸੀਂ ਜਦੋਂ ਖੇਲ ਲਿਆ ਨਾ ਮੁਕਾਇਆ ਅਤੇ ਅਸੀਂ ਅੱਜ ਦੇ ਦਿਨ 'ਚ ਸਭ ਤੋਂ ਜ਼ਿਆਦਾ ਸਕੋਰ ਬਣਾਇਆ 44,000 ਛੇ ਨੰਬਰ ਦੇ ਵਿੱਚ ਸਾਡੀ ਵਾਰੀ ਆਈ ਜੀ ਉੱਥੇ ਆ ਦੇਖੋ ਉਹ ਪਾਰਲੀਮੈਂਟ ਦੀਆਂ ਕੁਰਸੀਆਂ ਲੱਗ ਰਹੀਆਂ ਨਹੀਂ ਪਾਰਲੀਮੈਂਟ 'ਚ ਤਾਂ ਯਾਰ ਫਿਲਮ ਦਿਖਾਉਂਦੇ ਨਹੀਂ ਉੱਥੇ ਤਾਂ ਫਿਲਮ ਚੱਲਦੀ ਹੈ ਕਾਹਦਾ ਆਸਾ ਚੜਿਆ ਤੈਨੂੰ ਆਪਣਾ ਆਪ ਹੀ ਦਿਖਾਈ ਜਾ ਰਿਹਾ ਯਾਰ ਲੋਕਾਂ ਨੂੰ ਬੋਰ ਨਾ ਕਰੋ ਫਿਲਮ ਮੁੱਕ ਗਈ ਯਾਰ ਇਟ ਵਾਸ ਸੋ ਫਨ ਗਾਇਸ ਮੇਰੇ ਪਾਪਾ ਇਜ਼ ਹੀਰ ਇਸ ਇਟ ਗੁੱਡ ਗੁੱਡ ਫਨ ਲੁੱਕ ਵੀ ਆਲਰੇਡੀ ਡਨ ਸੋ ਬਾਏ ਗਾਇਸ ਬਾਏ ਨਾ ਯਾਰ ਜਲਦੀ ਜਲਦੀ ਚੱਲ ਓਏ ਹੋਏ ਸੀਟੀਆਂ ਨਾ ਮਾਰ ਕੋਈ ਗੋਰੀ ਮਾਰੇਗੀ ਹਾਂ ਇਹ ਬਹੁਤ ਅੱਛਾ ਕੰਮ ਕੀਤਾ ਕੂੜਾ ਆਪਣੀ ਜਗ੍ਹਾ 'ਤੇ ਸੁੱਟਣਾ ਚਾਹੀਦਾ ਸਾਨੂੰ ਚੱਲ ਬੱਸ ਕਰ ਨਾਲ ਲੱਕੀ ਕੀ ਕਰ ਰਿਹਾ ਦੰਦ ਕੱਢੀ ਜਾਣਾ ਦੰਦ ਸਾਫ਼ ਨਹੀਂ ਕਿਤੇ ਕਦੀ ਹੁਣ ਅਸੀਂ ਚੱਲੇ ਹਾਂ ਜੀ ਘਰ ਮੈਂ ਕਿਹਾ ਜ਼ਰਾ ਸ਼ੋਪਿੰਗ ਸ਼ੋਪਿੰਗ ਕਰਨੀ ਹੈ ਅਤੇ ਅਸੀਂ ਸ਼ੋਪਿੰਗ ਵਾਲੇ ਪਾਸੇ ਆਏ ਹਾਂ ਦੇਖੋ ਓਏ ਹੋਇਆ ਮੇਰਾ ਬਾਲੂ ਮੇਰਾ ਫੇਵਰੇਟ ਬਾਲੂ ਜੀ ਐਡਾ ਗੱਡੀ ਦੇ ਵਿੱਚ ਪਿਆ ਜੇ ਓਏ ਹੋਏ ਜੰਬੋ ਇੱਕ ਬਹੁਤ ਵੱਡਾ ਸਟੋਰ ਹੈ ਮੈਂ ਕਿਹਾ ਉੱਥੇ ਸ਼ੋਪਿੰਗ ਕਰਕੇ ਆਈਏ ਅਤੇ ਜਿੱਦਾਂ ਹੀ ਮੈਂ ਅੰਦਰ ਵੜਿਆ ਜੇ ਲਾਈਟਾਂ ਕਿਉਂਕਿ ਪੇਂਡੂ ਹੈਗੇ ਜੇ ਲਾਈਟਾਂ ਵੇਖ ਕੇ ਨਾ ਦਿਲ ਨੂੰ ਕੁਛ ਹੋਣ ਲੱਗ ਪੈਂਦਾ ਨਾਲ ਹੀ ਦਵਾ ਦਾ ਇਹ ਜੀ ਅਸੀਂ ਮੰਗਣ ਵਾਲੀ ਰੇਹੜੀ ਕੱਢਣ ਲੱਗੇ ਜੇ ਇਹਦੇ ਵਿੱਚ ਮੰਗੀ ਜਾਣਾ ਜੇ ਜੋ ਜੋ ਲੋਕਾਂ ਨੂੰ ਦੇਈ ਜਾਣਾ ਵਿੱਚ ਸੁੱਟੀ ਜਾਣਾ ਜੇ ਆ ਪਹਿਲਾ ਖੀਰਾ ਖੀਰਾ ਲਿਆ ਜੇ ਹਲਾਲ ਫੂਡ ਆ ਗਿਆ ਚੋਰੀ ਜੰਬੋ ਦੇ ਵਿੱਚ ਕਿਉਂਕਿ ਅਸੀਂ ਆਪੇ ਹੀ ਸਕੈਨ ਕਰ ਰਹੇ ਹਾਂ ਐਂਡ ਦੇ ਤਾਂ ਫਿਰ ਐਂਡ ਲੋਕਾਂ ਨੂੰ ਦਿਖਾਉਣ ਦੀ ਲੋੜ ਨਹੀਂ ਅਸੀਂ ਕੀ ਲਿਆ ਨਾਲ ਉਹ ਨਾਲ ਹੀ ਵਿੱਚ ਪਾਈ ਜਾਣਾ ਕੁੜੀ ਨੂੰ ਕਰੋਇਸੈਂਟ ਪਸੰਦ ਆ ਗਏ ਖਰਚਾ ਹੀ ਖਰਚਾ ਜੇ ਕੌਫੀ ਪੀ ਲਈ ਕਿਉਂਕਿ ਬੋਲ ਮੈਂ ਜਿੱਦਾਂ ਬੋਲਣ ਸਾਹ ਚੜ੍ਹ ਗਿਆ ਸੀਗਾ ਪਿਆਸ ਬੜੀ ਲੱਗੀ ਮੈਂ ਕਿਹਾ ਚਲੋ ਕੌਫੀ ਪੀ ਲਈਏ ਇਹ ਜੀ ਹੈਪੀ ਕ੍ਰਿਸਮਿਸ ਜਿਹੜੀ ਆ ਉਹਦਾ ਜੇ ਇਹ ਬਾਸਮਤੀ ਚਾਵਲ ਲਏ ਇਹ ਹਲੇ ਪਹਿਲੀ ਵਾਰੀ ਲਏ ਦੇਖਣਾ ਕਿੱਦਾਂ ਪੱਕਦੇ ਉਹ ਖਾਲੀ ਤੁਸੀਂ ਦੇਖ ਰਹੇ ਹੋ ਖਾਲੀ ਤੱਕ ਨਹੀਂ ਹੈ ਭਾਈ ਪੈਸੇ ਪੂਏ ਦਿਆਂਗੇ ਉਹ ਬੰਦਾ ਮੰਨਿਆ ਨਹੀਂ ਕਹਿੰਦਾ ਅਸੀਂ ਫਰੋਡ ਕੀਤਾ ਜੇ ਦੁਬਾਰਾ ਸਕੈਨ ਕਰਾਂਗਾ ਮੈਂ ਟਿਕਟ ਨਿਕਲ ਆਈ ਜੇ ਟਿਕਟ ਨਿਕਲੀ ਹੈ ਤਾਂ ਅਸੀਂ ਵੀ ਨਿਕਲਾਂਗੇ ਬਾਹਰ ਇਹ ਆਏ ਦੇਖੋ ਚੋਰੀ ਪਿੰਡੋਂ ਆਏ ਜੇ ਆ ਕੂੜੇ ਵਾਲੇ ਛਾਪੜ ਜੇ ਮੇਰੀ ਟਿਕਟ ਲਈ ਟਿਕਟ ਦੇ ਵਿੱਚ 2 ਯੂਰੋ ਦਾ ਨਾਮ ਨਿਕਲਿਆ ਮੇਰਾ ਵਾਪਸ ਆਪਾਂ ਮੰਗਣ ਵਾਲੀ ਰੇਹੜੀ ਲਾ ਛੱਡੀ ਜੇ ਗੱਡੀ 'ਤੇ ਰੱਖਾਂਗੇ ਹੁਣ ਕਿੱਥੇ ਜਾ ਰਹੇ ਜੇ ਬੱਸ ਕਰੋ ਤੁਸੀਂ ਨਾਲ ਜਾਣਾ ਜੇ ਅੱਲਾ ਹਾਫੀ